ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਕੇ ਆਧਾਰ ਪਰ ਇਹ ਗਰੋਹ ਕੇ 30 ਸਦੱਸਿਓਂ ਕੋ ਕਾਬੂ ਕੀਆ ਹੈ, ਜਿਨਕੇ ਪਾਸ ਸੇ ਲੂਟਪਾਟ ਕੇ 8 ਮੋਬਾਈਲ ਫੋਨ, 1 ਕਿਲੋ 100 ਗ੍ਰਾਮ ਅਫੀਮ ਬਰਾਮਦ ਹੁਆ ਹੈ। ਪ੍ਰੈਸ ਵਾਰਤਾ ਕੇ ਦੌਰਾਨ ਪੁਲਿਸ ਅਧਿਕਾਰੀ ਨੇ ਬਤਾਇਆ ਕਿ ਪਕੜੇ ਗਏ ਸਭੀ ਆਰੋਪੀ ਪਿਛਲੇ ਲੰਮੇ ਸਮੇਂ ਸੇ ਲੂਟਪਾਟ ਕੀ ਘਟਨਾਓਂ ਕੋ ਅੰਜਾਮ ਦੇ ਰਹੇ ਹੈ। ਉਨ੍ਹੋਂਨੇ ਅਭੀ ਤੱਕ 20 ਕੇ ਕਰੀਬ ਮੋਬਾਈਲ ਲੂਟਨੇ ਕੀ ਘਟਨਾ ਕਬੂਲੀ ਹੈ। ਵਹੀ ਅਫੀਮ ਯੂਪੀ ਸੇ ਲਾਕਰ ਲੋਗੋ ਕੋ ਸਪਲਾਈ ਕਰ ਔਰ ਇਹਨਾਂ ਨੇ ਇੱਕ ਡਰੱਗਸ ਦੇ ਸਨੈਚਰ ਦਾ ਮਿਕਸ ਗੈਂਗ ਜਿਹਾ ਬਣਿਆ ਹੋਇਆ ਸੀਗਾ, ਉਹ ਬ੍ਰੇਕਡਾਊਨ ਕੀਤਾ। ਉਹਦੇ 'ਚ 1 ਕਿਲੋ ਓਪੀਅਮ ਅਤੇ 8 ਮੋਬਾਈਲ ਮੋਟਰਸਾਈਕਲ ਵਗੈਰਾ ਰਿਕਵਰ ਹੋਏ ਨੇ ਫਿਲਹਾਲ। ਬਾਕੀ ਇਹਨਾਂ ਦਾ ਫਰਦਰ ਰਿਮਾਂਡ ਲੈ ਕੇ ਇਹਦੀ ਪੁੱਛਗਿੱਛ ਅਤੇ ਹੋਰ ਰਿਕਵਰੀਜ਼ ਕੀਤੀਆਂ ਜਾਣਗੀਆਂ। ਕਾਫੀ ਕੁਛ ਮੰਨ ਰਹੇ ਨੇ ਇਹ ਸਨੈਚਿੰਗ ਸਨੂਚਰ ਕੀਤਿਆਂ ਹੋਇਆ, 15-20 ਮੋਬਾਈਲ ਤਾਂ ਆਪਣੇ ਮੂੰਹੋਂ ਕਹਿ ਰਿਹਾ, ਪਲੱਸ ਓਪੀਐਮ ਵਾਲੇ ਤੋਂ ਇਹਦੇ ਫਾਰਵਰਡ ਅਤੇ ਬੈਕਵਰਡ ਲਿੰਕ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿਵੇਂ ਕਿਵੇਂ ਡਿਲੀਵਰ ਕਰਦਾ ਸੀ, ਉਹ ਸਾਰੇ ਅਸੀਂ ਪਤਾ ਕਰਕੇ ਫਿਰ ਤੁਹਾਨੂੰ ਬਾਅਦ 'ਚ ਫਰਦਰ ਦੱਸਾਂਗੇ। ਕੌਣ ਜੀ? ਇਹ ਦੋਨੋਂ ਫਿਲਹਾਲ ਲੁਧਿਆਣੇ ਦੇ ਨੇ, ਪਰ ਜਿਹੜਾ ਓਪੀਐਮ ਲੈ ਕੇ ਆਉਣ ਵਾਲਾ ਹੈ ਇਹ ਪਿੱਛੋਂ ਯੂਪੀ ਦਾ ਸਹਾਰਨਪੁਰ ਸਾਈਡ ਦਾ, ਉੱਧਰਲੀ ਸਾਈਡ ਤੋਂ ਹੀ ਲੈ ਕੇ ਆਉਂਦਾ ਸੀ, ਉਹ ਲੈ ਲਿਆ ਅਸੀਂ ਸਾਰਾ। ਹੁਣ ਫਰਦਰ ਅਸੀਂ ਇਹਦਾ ਜੋ ਵੀ ਕਾਨੂੰਨ ਅਨੁਸਾਰ ਹੈਗਾ ਉਹ ਐਕਸ਼ਨ ਕਰ ਰਹੇ ਹਾਂ। ਇਹ ਸਨੈਚਰ ਤੇ ਪਹਿਲਾਂ ਵੀ ਕੇਸ ਰਜਿਸਟਰ ਹੈ, 2 ਸਾਲ ਪਹਿਲਾਂ ਨਾ ਸਨੈਚਿੰਗ ਦਾ ਪਰਚਾ ਦਰਜ ਹੈ। ਅਡਿਕਟ ਹੈ ਥੋੜਾ ਜਿਹਾ ਮੈਡੀਸਨ ਡਰੱਗਸ ਵਗੈਰਾ ਲਿਖ। ਲੁਧਿਆਣਾ ਸੇ ਰਾਮਕ੍ਰਿਸ਼ਨ ਅਰੋੜਾ, ਦਿਵਿਆ ਪੰਜਾਬ ਟੀਵੀ।